ਕੀਤੀ ਜਾਵੇ ਬਰਗਾੜੀ ਇਨਸਾਫ ਮੋਰਚੇ ਦੀ, ਮੰਨਿਆ ਬਹੁਤ ਵਾਰ ਗੱਲ ਉਸ ਮੁੜ ਤੁੜ ਕੇ ਉਸ ਥਾਂ ਦੇ ਉੱਤੇ ਆ ਜਾਂਦੀ ਹੈ, ਉਸ ਦੀ ਨਾਕਾਮਯਾਬੀ ਦੀ ਸਭ ਤੋਂ ਵੱਡੀ ਵਜ੍ਹਾ ਤੁਸੀਂ ਕਿਸ ਚੀਜ਼ ਨੂੰ ਵੇਖਦੇ ਹੋ, ਕਿਸ ਨੂੰ ਮੰਨਦੇ ਹੋ, ਕਿਉਂਕਿ ਪੂਰੀ ਦੀ ਪੂਰੀ ਨਾਨਕ ਨਾਮਲੇ ਵਾਲੀ ਸਿੱਖ ਸੰਗਤ ਜਿਹੜੀ ਜੁੜੀ ਹੋਈ ਸੀ ਉਸ ਮੋਰਚੇ ਦੇ ਨਾਲ? ਇਹਦੇ ਵਿੱਚ ਸਭ ਤੋਂ ਵੱਡੇ ਦੋਸ਼ੀ ਉਹੀ ਲੋਕ ਨੇ ਜਿਨ੍ਹਾਂ ਨੇ ਮੋਰਚਾ ਸ਼ੁਰੂ ਕੀਤਾ ਸੀ, ਅਤੇ ਉਹਨਾਂ ਲੋਕਾਂ ਦਾ ਹੀ ਸਭ ਤੋਂ ਵੱਡਾ ਦੋਸ਼ ਆ ਜਿਨ੍ਹਾਂ ਨੇ ਹੁਣ ਇਹ ਮੋਰਚਾ ਸਮਾਪਤ ਕਰ ਦਿੱਤਾ ਆ, ਜਿਵੇਂ ਕਿ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਮੀਰੀ ਅਤੇ ਪੀਰੀ ਦਾ ਸਿਧਾਂਤ ਪੁੱਠਾ ਕਰ ਦਿੱਤਾ ਗਿਆ, ਕਿਸ ਨੂੰ ਜ਼ਿੰਮੇਵਾਰ ਸਮਝਦੇ? ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਜ਼ਿੰਮੇਵਾਰ ਆ ਉਹ ਬਾਦਲ ਲਾਣਾ ਆ, ਬਾਦਲ ਪਰਿਵਾਰ ਆ, ਕਿਉਂਕਿ ਜਿੰਨਾ ਚਿਰ ਤੱਕ ਇਹ ਬਾਦਲ ਪਰਿਵਾਰ ਸ਼੍ਰੋਮਣੀ ਕਮੇਟੀ ਤੋਂ ਪਾਸੇ ਨਹੀਂ ਹੁੰਦਾ, ਉਹਨਾਂ ਚਿਰ ਤੱਕ ਜਿਹੜੀਆਂ ਸਾਡੇ ਜਿਹੜੇ ਗੁਰਧਾਮ ਆ ਉਹਨਾਂ ਨੂੰ ਹੋਰ ਵੀ ਢਾਹ ਲੱਗੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਆਪਣੇ ਪਸੰਦੀਦਾ ਪ੍ਰੋਗਰਾਮ ਭੱਖ ਦਾ ਮੁੱਦਾ ਦੇ ਵਿੱਚ, ਅਤੇ ਅੱਜ ਅਸੀਂ ਪਟਿਆਲਾ ਸੈਂਟਰਲ ਜੇਲ੍ਹ ਦੇ ਬਾਹਰ ਖੜ੍ਹੇ ਹਾਂ, ਕਿਉਂਕਿ ਉਰੇ ਇੱਕ ਸ਼ਾਂਤਮਈ ਰੋਸ਼ ਧਰਨਾ ਮੁਜ਼ਾਹਰਾ ਚੱਲ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਇੱਕ ਪਾਸੇ ਬਰਗਾੜੀ ਇਨਸਾਫ ਮੋਰਚਾ ਵੀ ਲੱਗਿਆ ਸੀ, ਅਤੇ ਬਰਗਾੜੀ ਇਨਸਾਫ ਮੋਰਚੇ ਤੋਂ ਬਹੁਤ ਸਾਰੀਆਂ ਉਮੀਦਾਂ ਸੀਗੀਆਂ, ਪਰ ਉਹ ਉਮੀਦਾਂ ਕਿਤੇ ਨਾ ਕਿਤੇ ਠੇਸ ਬਣ ਗਈਆਂ ਸਾਡੀ ਦਿਲ ਦੀ, ਕਿਉਂਕਿ ਉਹ ਮੋਰਚਾ ਜਿੱਦਾਂ ਚੱਕਿਆ ਗਿਆ ਉਸ ਤੋਂ ਬਾਅਦ ਸਿੱਖ ਸੰਗਤ ਦਾ ਭਰੋਸਾ ਆਗੂਆਂ ਤੋਂ ਉੱਠ ਗਿਆ। ਪਰ ਹਾਂ, ਕੁਝ ਚੰਗੀ ਸ਼ਖਸੀਅਤਾਂ ਅਜਿਹੀਆਂ ਹੈ ਨੇ ਜੋ ਸੱਚ ਹੱਕ ਦੀ ਆਵਾਜ਼ ਚੱਕ ਰਹੀਆਂ ਨੇ। ਲਗਾਤਾਰ ਬਾਦਸਤੂਰ ਬਾੜੀ ਬਰਗਾੜੀ ਇਨਸਾਫ ਮੋਰਚਾ ਅੱਗੇ ਤੋਰਿਆ ਜਾ ਰਿਹਾ ਆਪਣੇ ਤਰੀਕੇ ਨਾਲ, ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾ ਸਕੇ। ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਤੋਂ ਸਾਡੇ ਨਾਲ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਲਗਾਤਾਰ ਜੂਝ ਰਹੇ ਹਾਂ, ਜਿਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ, ਸਜ਼ਾਵਾਂ ਅਤੇ ਸਜ਼ਾਵਾਂ ਭੁਗਤ ਰਹੇ, ਤੁਹਾਨੂੰ ਕੀ ਰੀਜ਼ਨ ਲੱਗਦਾ ਕਿ ਆਖਿਰ ਸਰਕਾਰਾਂ ਕਿਉਂ ਨਹੀਂ ਰਿਹਾ ਕਰ ਰਹੀਆਂ ਉਹਨਾਂ ਨੂੰ? ਸਰਕਾਰ ਦਾ ਜਿਹੜਾ ਸਿੱਖਾਂ ਪ੍ਰਤੀ ਰਵੱਈਆ ਆ ਉਹ ਹੋ ਰਿਹਾ, ਜਿਹੜਾ ਬਹੁ ਗਿਣਤੀ ਹਿੰਦੂਆਂ ਪ੍ਰਤੀ ਆ ਉਹ ਹੋ ਰਿਹਾ, ਅਤੇ 1947 ਤੋਂ ਬਾਅਦ ਲਗਾਤਾਰ ਹੀ ਸਿੱਖ ਕੌਮ ਦੇ ਨਾਲ ਧੱਕੇ ਹੋ ਰਹੇ ਨੇ, ਚਾਹੇ ਉਹ ਆਪਾਂ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਗੱਲ ਕਰਦੇ ਹਾਂ, ਚਾਹੇ ਹੁਣ ਤੱਕ ਸਾਡੇ ਬੰਦੀ ਸਿੰਘ ਜਿਹੜੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਵੀ ਹੋ ਚੁੱਕੀਆਂ ਨੇ ਪਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਹੋਇਆ, ਸਾਡਾ ਮਨੋਬਲ ਤੋੜਨ ਵਾਸਤੇ, ਸਾਨੂੰ ਗੁਲਾਮ ਬਣਾਉਣ ਵਾਸਤੇ, ਸਾਨੂੰ ਨੀਵਾਂ ਵਿਖਾਉਣ ਵਾਸਤੇ। ਪਰ ਸਿੱਖ ਕੌਮ ਆਪਣੇ ਹੱਕਾਂ ਪ੍ਰਤੀ ਸੰਘਰਸ਼ਸ਼ੀਲ ਆ, ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜਾ ਸੰਘਰਸ਼ਸ਼ੀਲ ਬਣਾਇਆ ਆ, ਸੋ ਅਸੀਂ ਇਸ ਕਰਕੇ ਅੱਜ ਵੀ ਉਹਨਾਂ ਸਿੰਘਾਂ ਦੀ ਰਿਹਾਈ ਵਾਸਤੇ ਯਤਨਸ਼ੀਲ ਹਾਂ, ਅਤੇ ਉਹਨਾਂ ਚਿਰ ਤੱਕ ਰਵਾਂਗੇ ਜਿੰਨਾ ਚਿਰ ਤੱਕ ਇਹ ਸਿੰਘ ਸਲਾਖਾਂ ਦੇ ਵਿੱਚੋਂ ਬਾਹਰ ਨਹੀਂ ਆ ਜਾਂਦੇ। ਅਤੇ ਅਗਰ ਗੱਲ ਕੀਤੀ ਜਾਵੇ ਬਰਗਾੜੀ ਇਨਸਾਫ ਮੋਰਚੇ ਦੀ, ਮੰਨਿਆ ਬਹੁਤ ਵਾਰ ਗੱਲ ਉਸ ਮੁੜ ਤੁੜ ਕੇ ਉਸ ਥਾਂ ਦੇ ਉੱਤੇ ਆ ਜਾਂਦੀ ਹੈ, ਉਸ ਦੀ ਨਾਕਾਮਯਾਬੀ ਦੀ ਸਭ ਤੋਂ ਵੱਡੀ ਵਜ੍ਹਾ ਤੁਸੀਂ ਕਿਸ ਚੀਜ਼ ਨੂੰ ਵੇਖਦੇ ਹੋ, ਕਿਸ ਨੂੰ ਮੰਨਦੇ ਹੋ, ਕਿ ਪੂਰੀ ਦੀ ਪੂਰੀ ਨਾਨਕ ਨਾਮਲੇ ਵਾਲੀ ਸਿੱਖ ਸੰਗਤ ਜਿਹੜੀ ਜੁੜੀ ਹੋਈ ਸੀ ਉਸ ਮੋਰਚੇ ਦੇ ਨਾਲ, ਲੱਖਾਂ ਦਾ ਹਜ਼ੂਮ ਜਿਹੜਾ ਆਉਣਾ ਸ਼ੁਰੂ ਹੋਇਆ ਸੀ ਉਹਨਾਂ ਨੂੰ ਇੱਕ ਬਹੁਤ ਵੱਡੀ ਢਾਹ ਲੱਗੀ ਹੈ, ਠੇਸ ਲੱਗੀ ਹੈ, ਕਿਉਂਕਿ ਜੋ ਮੋਰਚੇ ਦੀ ਅਗਵਾਈ ਕਰ ਰਹੇ ਸੀ ਉਹਨਾਂ ਨੇ ਉਹਨਾਂ ਦਾ ਭਰੋਸਾ ਯਕਦਮ ਤੋੜ ਦਿੱਤਾ? ਇਹਦੇ ਵਿੱਚ ਸਭ ਤੋਂ ਵੱਡੇ ਦੋਸ਼ੀ ਉਹੀ ਲੋਕ ਨੇ ਜਿਨ੍ਹਾਂ ਨੇ ਮੋਰਚਾ ਸ਼ੁਰੂ ਕੀਤਾ ਸੀ, ਅਤੇ ਉਹਨਾਂ ਲੋਕਾਂ ਦਾ ਹੀ ਸਭ ਤੋਂ ਵੱਡਾ ਦੋਸ਼ ਆ ਜਿਨ੍ਹਾਂ ਨੇ ਹੁਣ ਇਹ ਮੋਰਚਾ ਸਮਾਪਤ ਕਰ ਦਿੱਤਾ ਆ, ਜਿਵੇਂ ਕਿ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਜਿਹੜੇ ਤਾਨਾਸ਼ਾਹ ਬਣੇ ਹੋਏ ਸਨ ਇਸ ਮੋਰਚੇ ਦੇ ਉੱਤੇ, ਪਰ ਉਹਨਾਂ ਨੇ ਸਰਕਾਰ ਦੇ ਝੂਠੇ ਲਾਰਿਆਂ 'ਤੇ ਭਰੋਸਾ ਕਰਕੇ, ਜਾਂ ਇਹ ਵੀ ਕਹਿ ਸਕਦੇ ਹਾਂ ਕਿ ਸਰਕਾਰ ਦੇ ਨਾਲ ਰਲ ਕੇ, ਜਾਂ ਇਹ ਵੀ ਕਹਿ ਸਕਦੇ ਹਾਂ ਕਿ ਰਾਜਸੀ ਸੂਝਬੂਝ ਦੀ ਘਾਟ ਹੋਣ ਕਰਕੇ ਉਹਨਾਂ ਨੇ ਜਿਹੜਾ ਮੋਰਚਾ ਆ ਉਹ ਸਮਾਪਤ ਕਰ ਦਿੱਤਾ ਆ, ਉਹਦੇ ਕਰਕੇ ਕੌਮ ਦੇ ਵਿੱਚ ਬੜੀ ਵੱਡੀ ਨਿਰਾਸ਼ਾ ਆ। ਜਥੇਦਾਰ ਜੀ ਨੇ ਜੋ ਕੁਝ ਕੀਤਾ
ਉਹ ਨਹੀਂ ਕਰਨਾ ਚਾਹੀਦਾ ਸੀ। ਉਹਨਾਂ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਤੋਂ ਸੇਧ ਲੈਣੀ ਚਾਹੀਦੀ ਸੀ ਕਿ ਕਿਵੇਂ ਸੰਤਾਂ ਨੇ ਧਰਮ ਯੁੱਧ ਮੋਰਚਾ ਆਰੰਭਿਆ ਸੀ ਅਤੇ ਆਖਰੀ ਸਾਹ ਤੱਕ ਮਹਾਂਪੁਰਖ ਅੜੇ ਰਹੇ, ਡਟੇ ਰਹੇ। ਉਹਨਾਂ ਨੂੰ ਆਪਣੀ ਸ਼ਹਾਦਤ ਵੀ ਦੇਣੀ ਪਈ, ਪਰ ਉਹਨਾਂ ਨੇ ਬਿਨਾਂ ਕਿਸੇ ਪ੍ਰਾਪਤੀ ਤੋਂ ਇਹ ਜਿਹੜਾ ਮੋਰਚਾ ਸੀ ਉਹ ਸਮਾਪਤ ਨਹੀਂ ਕੀਤਾ ਸੀ। ਪਰ ਜਥੇਦਾਰ ਜੀ ਨੇ ਬਿਨਾਂ ਕਿਸੇ ਪ੍ਰਾਪਤੀ ਤੋਂ ਇਹ ਜਿਹੜਾ ਮੋਰਚਾ ਆ ਉਹ ਜਿਹੜਾ ਹੈਗਾ ਸਮਾਪਤ ਕਰ ਦਿੱਤਾ, ਜਿਹਦੇ ਕਰਕੇ ਦੇਸ਼ਾਂ ਵਿਦੇਸ਼ਾਂ ਦੀਆਂ ਜਿਹੜੀਆਂ ਸੰਗਤਾਂ ਆ ਉਹ ਜਿਹੜੇ ਹੋਰ ਵੀ ਜਿਹੜੇ ਕੌਮ ਦੇ ਸੰਘਰਸ਼ ਆ ਉਹਨਾਂ ਨੂੰ ਵੀ ਹੁਣ ਢਾਹ ਲੱਗ ਰਹੀ ਹੈ। ਕੌਮ ਦਾ ਜਿਹੜਾ ਵਿਸ਼ਵਾਸ ਸੀ ਪੰਥਕ ਲੀਡਰਾਂ ਦੇ ਉੱਤੇ, ਪੰਥਕ ਲੀਡਰਸ਼ਿਪ ਉੱਤੇ, ਉਹ ਉੱਠ ਚੁੱਕਾ ਹੈ। ਇਹਦੇ ਵਿੱਚ ਸਭ ਤੋਂ ਵੱਡੇ ਦੋਸ਼ੀ ਜਥੇਦਾਰ ਧਿਆਨ ਸਿੰਘ ਜੀ ਮੰਡ ਨੇ ਅਤੇ ਉਹੀ ਜਿਹੜੇ ਸੰਗਤਾਂ ਨੂੰ ਜਵਾਬ ਦੇ ਨੇ। ਬਿਲਕੁਲ ਉਹੀ ਜਵਾਬ ਦੇ ਨੇ। ਪਰ ਅਗਰ ਗੱਲ ਕੀਤੀ ਜਾਵੇ ਸ਼੍ਰੀ ਅਕਾਲ ਤਖਤ ਸਾਹਿਬ ਦੀ, ਜਿਸ ਦਾ ਹੁਕਮ ਸਾਰੀ ਦੀ ਸਾਰੀ ਸੰਗਤ ਨੂੰ ਸਿਰ ਮੱਥੇ ਪ੍ਰਵਾਨ ਹੁੰਦਾ ਹੈ, ਅੱਜ ਉਹ ਉਸ ਤੋਂ ਜੋ ਹੁਕਮਨਾਮੇ ਜਾਰੀ ਕੀਤੇ ਜਾਂਦੇ ਨੇ, ਜੋ ਕੁਝ ਕਿਹਾ ਜਾਂਦਾ ਹੈ, ਸੰਗਤ ਉਸ ਨੂੰ ਵੀ ਸਿਰ ਮੱਥੇ ਪ੍ਰਵਾਨ ਨਹੀਂ ਕਰ ਰਹੀ। ਉਸ ਨੂੰ ਵੀ ਦੇਖ ਕੇ ਅਣਦੇਖਾ ਕੀਤਾ ਜਾ ਰਿਹਾ, ਅਮੀਰੀ ਅਤੇ ਪੀਰੀ ਦਾ ਸਿਧਾਂਤ ਪੁੱਠਾ ਕਰ ਦਿੱਤਾ ਗਿਆ। ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ? ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਜ਼ਿੰਮੇਵਾਰ ਆ ਉਹ ਬਾਦਲ ਲਾਣਾ ਆ, ਬਾਦਲ ਪਰਿਵਾਰ ਆ। ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮਨਾਮਾ ਜਾਰੀ ਹੁੰਦਾ ਸੀ ਤਾਂ ਉਹਨੂੰ ਦਰਗਾਹ ਅਕਾਲ ਪੁਰਖ ਵਾਹਿਗੁਰੂ ਦਾ ਇਲਾਹੀ ਹੁਕਮਨਾਮਾ ਮੰਨਿਆ ਜਾਂਦਾ ਸੀ ਅਤੇ ਹਰੇਕ ਸਿੱਖ ਆਪਣੀ ਜਾਨ ਦੀ ਬਾਜ਼ੀ ਦੇ ਉੱਤੇ ਲਾ ਦਿੰਦਾ ਸੀ ਅਤੇ ਉਹ ਸਿੱਖ ਦੇ ਜਿਹੜਾ ਹੁਕਮਨਾਮੇ ਉੱਤੇ ਡਟ ਕੇ ਪਹਿਰਾ ਦਿੰਦਾ ਸੀ। ਪਰ ਜਿਹੜਾ ਬਾਦਲ ਪਰਿਵਾਰ ਆ ਉਹਨੇ ਆਪਣੇ ਸਿਆਸੀ ਲਾਹੇ ਦੇ ਵਾਸਤੇ ਜਿਹੜੇ ਹੁਕਮਨਾਮਿਆਂ ਦੀ ਜਿਹੜੀ ਮਹਾਨਤਾ ਸੀ ਉਹ ਬਹੁਤ ਜ਼ਿਆਦਾ ਘਟਾ ਦਿੱਤੀ, ਇੱਥੋਂ ਤੱਕ ਕਿ ਰੋਲ ਕੇ ਰੱਖ ਦਿੱਤੀ ਹੈ। ਜਿਵੇਂ ਕਿ ਸਭ ਤੋਂ ਵੱਡੀ ਗੱਲ ਕਿ ਸਿਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਹੁਕਮਨਾਮੇ ਦੀ ਵਰਤੋਂ ਕਰਕੇ, ਅਤੇ ਇਸੇ ਤਰ੍ਹਾਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਾਦਲ ਨੂੰ ਫਖਰੇ ਕੌਮ ਪੰਥ ਰਤਨ ਦਾ ਜਿਹੜਾ ਅਵਾਰਡ ਦਿੱਤਾ ਸੀ ਉਹਦੇ ਕਰਕੇ ਹੁਕਮਨਾਮਿਆਂ ਦੀ ਜਿਹੜੀ ਸਾਡੀ ਮਹਾਨ ਪਰੰਪਰਾ ਸੀ, ਸਾਡਾ ਜਿਹੜਾ ਸਿਧਾਂਤ ਸੀ, ਸਾਡੀਆਂ ਰਵਾਇਤਾਂ ਆ ਉਹਨੂੰ ਢਾਹ ਲੱਗੀ ਆ। ਜਿੰਨਾ ਚਿਰ ਤੱਕ ਇਹ ਬਾਦਲ ਪਰਿਵਾਰ ਸ਼੍ਰੋਮਣੀ ਕਮੇਟੀ ਤੋਂ ਪਾਸੇ ਨਹੀਂ ਹੁੰਦਾ ਉਹਨਾਂ ਚਿਰ ਤੱਕ ਜਿਹੜੀਆਂ ਸਾਡੇ ਜਿਹੜੇ ਗੁਰਧਾਮ ਆ ਉਹਨਾਂ ਨੂੰ ਹੋਰ ਵੀ ਢਾਹ ਲੱਗੇਗੀ। ਜਿਸ ਤਰੀਕੇ ਦੇ ਨਾਲ ਤਰਨ ਤਾਰਨ ਦੇ ਵਿੱਚ ਦਰਸ਼ਨੀ ਡਿਊਟੀ ਢਾਹ ਦਿੱਤੀ ਗਈ, ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਤਿਹਾਸਿਕ ਸਥਾਨ ਅਜਿਹੇ ਹੈ ਨੇ ਜਿਸ ਦੇ ਉੱਤੇ RSS ਵੱਲੋਂ ਜਾਂ ਹਿੰਦੂਵਾਦੀ ਕੱਟੜ ਸੋਚ ਵੱਲੋਂ ਕਬਜ਼ੇ ਕੀਤੇ ਜਾ ਰਹੇ ਨੇ, ਕਬਜ਼ੇ ਕਰਵਾਏ ਜਾ ਰਹੇ ਨੇ। ਜਿੱਦਾਂ ਸਿੱਕਮ ਦਾ ਗੁਰਦੁਆਰਾ ਡਾਂਗਮਾਰ ਸਾਹਿਬ ਹੈ, ਉਸ ਦਾ ਵੀ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਹੋਏਗਾ ਕਿ ਕੀ ਮਾਮਲਾ ਚੱਲ ਰਿਹਾ ਹੈ, ਕਿਉਂਕਿ 2017 ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ 60 ਕਿਲੋਮੀਟਰ ਥੱਲੇ ਲਿਆ ਕੇ ਸੜਕ ਉੱਤੇ ਰੱਖ ਦਿੱਤਾ ਗਿਆ ਸੀ ਅਤੇ ਉਸ ਵੇਲੇ ਸੰਗਤ ਦੀਆਂ ਨਜ਼ਰਾਂ 'ਚ ਇਹ ਮਾਮਲਾ ਆਇਆ ਸੀ। ਪਰ ਹਾਲ ਹੀ ਦੇ ਵਿੱਚ ਵਕੀਲਾਂ ਦੇ ਨਾਲ ਮੇਰੀ ਗੱਲ ਹੋਈ ਹੈ ਅਤੇ ਵਕੀਲਾਂ ਨੇ ਸਾਫ਼ ਤੌਰ 'ਤੇ ਇਹ ਕਿਹਾ ਕਿ ਸੰਗਤ ਸਾਡੇ ਨਾਲ ਨਹੀਂ ਖੜਦੀ। SGPC ਦੇ ਜੋ DSGMC ਦੇ ਨਵੇਂ ਪ੍ਰਧਾਨ ਬਣੇ ਨੇ ਉਹ ਸਾਹਮਣੇ ਆ ਕੇ ਸਾਨੂੰ ਕਹਿ ਦਿੰਦੇ ਨੇ ਕਿ ਤੁਸੀਂ ਅੰਦਰ ਜਾਏ ਕੋਈ ਵੀ ਜੱਜ ਦੇ ਕੋਲ ਤੱਥ ਨਹੀਂ ਰੱਖਣਾ ਕਿ ਇਸ ਗੁਰੂਘਰ ਦੇ ਨਾਲ ਸਾਡਾ ਕੋਈ ਇਤਿਹਾਸ ਜੁੜਿਆ ਆ, ਪਰ ਸਿੱਖ ਸੰਗਤ ਚੁੱਪ ਕਰਕੇ ਬੈਠੀ ਹੈ। ਅਸਲ 'ਚ ਜਿਹੜੇ ਸਾਡੇ ਲੀਡਰ ਆ, ਮੈਂ ਪਹਿਲਾਂ ਵੀ ਬਾਦਲ ਪਰਿਵਾਰ ਦੀ ਗੱਲ ਕੀਤੀ ਆ, ਜਿਹੜੇ ਬਾਦਲ ਦਲ ਦੇ ਨਾਲ ਸੰਬੰਧਿਤ ਜਿਹੜੇ ਲੀਡਰ ਆ, ਜਿਹੜੇ ਆਪਣੇ ਆਪ ਨੂੰ ਪੰਥ ਦੇ ਠੇਕੇਦਾਰ ਅਖਵਾਉਂਦੇ ਆ, ਪਰ ਇਹ ਅਖੌਤੀ ਪੰਥਕ ਲੋਕ ਆ। ਇਹਨਾਂ ਨੇ ਜਿਹੜੀ ਸਿੱਖ ਕੌਮ ਆ ਉਹ ਹਿੰਦੂਆਂ ਦੇ ਹੱਥ, ਹਿੰਦੂ ਲੀਡਰਸ਼ਿਪ ਦੇ ਹੱਥ, ਭਾਜਪਾ ਦੇ ਹੱਥ, RSS ਦੇ ਕੋਲ ਵੇਚ ਦਿੱਤੀ ਹੋਈ ਹੈ। ਸੋ ਜੋ RSS ਫੈਸਲੇ ਕਰਦੀ ਹੈ, ਜੋ ਦਿੱਲੀ ਅਤੇ ਨਾਗਪੁਰ ਬੈਠੇ ਲੋਕ ਫੈਸਲਾ ਕਰਦੇ ਆ ਉਹੀ ਸਾਡੇ ਉੱਤੇ ਮੜ ਦਿੱਤੇ ਜਾ ਰਹੇ ਆ। ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਢਾਇਆ, ਉਸ ਤੋਂ ਬਾਅਦ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਇਤਿਹਾਸ ਜੁੜਿਆ ਹੋਇਆ ਆ, ਗੁਰਦੁਆਰਾ ਡਾਂਗਮਾਰ ਸਾਹਿਬ ਅਤੇ ਹੋਰ ਵੀ ਸਾਡੀਆਂ ਜਿਹੜੀਆਂ ਵਿਰਾਸਤਾਂ ਆ ਉਹ RSS ਦੀ ਸਾਜਿਸ਼ ਦੇ
ਹੇਠ ਖਤਮ ਕੀਤੀਆਂ ਜਾ ਰਹੀਆਂ ਨੇ। ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੋਸ਼ੀ ਆ ਉਹ ਬਾਦਲ ਪਰਿਵਾਰ ਆ, ਇਹਨਾਂ ਦੇ ਨਾਲ ਜਿਹੜੇ ਸੰਬੰਧਿਤ ਲੀਡਰ ਆ, ਚਾਹੇ ਉਹ ਦਿੱਲੀ ਕਮੇਟੀ ਹੋਵੇ ਅਤੇ ਚਾਹੇ ਹੋਰ ਵੀ ਜਿਹੜੀਆਂ ਜਥੇਬੰਦੀਆਂ ਸੰਪਰਦਾਵਾਂ ਇਸ ਬਾਦਲ ਲਾਣੇ ਦਾ ਸਾਥ ਦੇ ਰਹੀਆਂ ਆ, ਉਹ ਸਾਰੇ ਕਿਤੇ ਨਾ ਕਿਤੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਦੋਸ਼ੀ ਆ। ਤੁਸੀਂ ਬਹੁਤ ਨਿਧੜਕ ਹੋ ਕੇ, ਨਿਡਰ ਹੋ ਕੇ ਹਰ ਚੀਜ਼ ਦੇ ਉੱਤੇ ਆਪਣਾ ਪੱਖ ਰੱਖਦੇ ਹੋ, ਪਰ ਇੱਕ ਚੀਜ਼ ਤੁਹਾਡੇ ਤੋਂ ਜ਼ਰੂਰ ਜਾਣਨੀ ਚਾਹਾਂਗਾ ਕਿ ਚਾਹੇ ਸਿਆਸਤ ਹੋਵੇ ਜਾਂ ਸਾਡੀ ਧਾਰਮਿਕ ਲੀਡਰਸ਼ਿਪ ਹੋਵੇ, ਧਾਰਮਿਕ ਆਗੂ ਹੋਣ, ਉਹਨਾਂ ਦੇ ਵਿੱਚ ਤੁਹਾਨੂੰ ਅਜਿਹੇ ਮਸੰਦ ਕਿਹੜੇ ਨਜ਼ਰ ਆਉਂਦੇ ਨੇ ਜਿਹਨਾਂ ਨੇ ਪਹਿਲਾਂ ਵੀ ਸਿੱਖ ਕੌਮ ਨੂੰ ਢਾਹ ਲਈ ਅਤੇ ਅੱਜ ਵੀ ਲਾ ਰਹੇ ਨੇ ਅਤੇ ਅੱਗੇ ਵੀ ਲਾ ਸਕਦੇ ਨੇ? ਮੈਂ ਤੁਹਾਨੂੰ ਦੱਸ ਹੀ ਚੁੱਕਾ ਹਾਂ ਕਿ ਜਿਹੜਾ ਬਾਦਲ ਪਰਿਵਾਰ ਜਾਂ ਉਹਨਾਂ ਦੇ ਨਾਲ ਜਿਹੜੇ ਸੰਬੰਧਿਤ, ਜਿਹੜੇ ਉਹਨਾਂ ਨੂੰ ਹਮਾਇਤ ਕਰਦੇ ਆ, ਜਿਹੜੇ ਉਹਨਾਂ ਨੂੰ ਸਮਰਥਨ ਕਰਦੇ ਆ, ਇੱਥੋਂ ਤੱਕ ਕਿ ਜਿਹੜੇ ਬਾਦਲ ਲਾਣੇ ਦੇ ਪੁੱਠੇਕਾਰਿਆਂ ਦੀ ਹਮਾਇਤ ਕਰਦੇ ਆ, ਜਿਵੇਂ ਕਿ ਸਿਰਸੇ ਵਾਲੇ ਨੂੰ ਮਾਫ਼ੀ ਦੇਣੀ, ਜਾਂ ਹੁਣ ਜਿਹੜਾ ਨਕੋਦਰ ਕਾਂਡ ਦੇ ਵਿੱਚ ਜਿਹੜਾ ਦੋਸ਼ੀ ਸੀ ਦਰਬਾਰਾ ਸਿੰਘ ਗੁਰੂ, ਉਹਨੂੰ ਹੁਣ ਇਹਨਾਂ ਨੇ ਆਪਣਾ ਉਮੀਦਵਾਰ ਥਾਪ ਦਿੱਤਾ ਆ, ਅਤੇ ਬਹੁਤੇ ਜਿਹੜੇ ਪੰਥਕ ਆਪਣੇ ਆਪ ਨੂੰ ਅਖਵਾਉਂਦੇ ਆ ਉਹ ਵੀ ਬਾਦਲ ਦੇ ਪਿੱਛੇ ਲੱਗੇ ਹੋਏ ਆ, ਅਤੇ ਜੋ ਸੁਖਬੀਰ ਜਾਂ ਬਾਦਲ ਜਾਂ ਹਰ ਸਿਮਰਤ ਕਹਿ ਦਿੰਦੀ ਹੈ ਅਤੇ ਉਸੇ ਹਾਂ ਦੇ ਵਿੱਚ ਹਾਂ ਮਿਲਾ ਦਿੰਦੇ। ਸਭ ਤੋਂ ਵੱਡੇ ਉਹ ਲੋਕ ਦੋਸ਼ੀ ਨੇ ਅਤੇ ਉਹ ਪੰਥ ਦੇ ਸਾਹਮਣੇ ਨੇ, ਦੱਸਣ ਦੀ ਲੋੜ ਨਹੀਂ, ਪੰਥ ਨੂੰ ਸਾਰਾ ਕੁਝ ਪਤਾ ਆ। ਸੋ ਇਸ ਤ੍ਰਾਸਦੀ ਦੇ ਵਿੱਚੋਂ, ਕਿਉਂਕਿ ਪੰਥ ਦੇ ਦੋਸ਼ੀ ਤਾਂ ਹੈ ਨੇ ਪਰ ਇਹਨਾਂ ਦੋਸ਼ੀਆਂ ਨੇ ਅਗਰ ਤੁਸੀਂ ਕਹਿ ਰਹੇ ਹੋ ਤਾਂ ਪੰਥ ਨੂੰ ਇੰਨੀ ਕੁ ਜ਼ਿਆਦਾ ਢਾਹ ਲਾ ਚੁੱਕੇ ਨੇ ਇਸ ਵੇਲੇ, ਕਿਉਂਕਿ ਪੰਜਾਬ ਦਾ ਬੀਜ ਪੰਜਾਬ 'ਚੋਂ ਮੁੱਕਣ ਦੇ ਕਗਾਰ ਦੇ ਉੱਤੇ ਆ ਖੜਿਆ ਹੈ, ਕਿਉਂਕਿ ਨਸ਼ੇ ਨੇ ਇੰਨਾ ਕੁ ਜ਼ਿਆਦਾ ਪੰਜਾਬ ਦਾ ਪੰਜਾਬ ਦੀ ਜਵਾਨੀ ਦਾ ਖਾਸਰੇ ਕਹਾਂਗਾ ਕਿ ਬੇੜਾ ਬਿਠਾ ਦਿੱਤਾ ਹੈ, ਕਿ ਹੁਣ ਨੌਜਵਾਨਾਂ ਨੂੰ ਇਹ ਨਹੀਂ ਪਤਾ ਕਿ ਅੱਗੇ ਉਹ ਪਿਤਾ ਬਣ ਸਕਣਗੇ ਨਹੀਂ ਬਣ ਸਕਣਗੇ। ਅਤੇ ਹੁਣ ਅਗਰ ਇਸ ਨੂੰ ਅਸੀਂ ਸੁਧਾਰਨਾ ਆ, ਅਸੀਂ ਇਸ ਦਾ ਸੁਧਾਰ ਕਰਨਾ ਆ, ਤਾਂ ਕਿਸ ਤਰੀਕੇ ਨਾਲ ਇਸ ਚੀਜ਼ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ? ਕਿਉਂਕਿ ਹਰ ਕਿਸੇ ਨੂੰ ਇਹੀ ਲੱਗਦਾ, ਜੋ ਵੀ ਦਰਸ਼ਕ ਦੇਖ ਰਹੇ ਹੋਣਗੇ, ਕਿ ਅਸੀਂ ਆਪਣੀ ਚਾਰ ਦੀਵਾਰੀ ਦੇ ਵਿੱਚ ਬੈਠੇ ਹਾਂ, ਬਹੁਤ ਖੁਸ਼ ਹਾਂ, ਸਾਨੂੰ ਪਰਮਾਤਮਾ ਨੇ ਦੋ ਤਿੰਨ ਟਾਈਮ ਦੀ ਪੇਟ ਭਰ ਕੇ ਦੇਤੀ ਹੈ, ਇਨਫ ਹੈ, ਸਾਨੂੰ ਬਾਹਰ ਮੱਥਾ ਮਾਰਨ ਦੀ ਕੀ ਲੋੜ? ਅਸਲ 'ਚ ਜਿਹੜੇ ਲੀਡਰ ਆ, ਚਾਹੇ ਉਹ ਭਾਜਪਾ ਹੀ ਹੋਣ, ਚਾਹੇ ਕਾਮਰੇਡ ਹੋਣ, ਚਾਹੇ ਕਾਂਗਰਸੀ ਹੋਣ, ਚਾਹੇ ਅਕਾਲੀ ਹੋਣ, ਚਾਹੇ ਕੋਈ ਹੋਰ ਆ, ਸਿੱਖ ਨੌਜਵਾਨਾਂ ਨੂੰ ਜਾਂ ਇੱਥੋਂ ਦੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਲੀਡਰਾਂ ਦੇ ਉੱਤੋਂ ਹਰ ਇੱਕ ਆਸ ਲਾਹ ਦੇਣੀ ਚਾਹੀਦੀ ਹੈ, ਕਿਉਂਕਿ ਇਹ ਸਾਡੀ ਕਿਸੇ ਵੀ ਆਸ ਦੇ ਉੱਤੇ ਪੂਰਾ ਨਹੀਂ ਉਤਰਦੇ। ਜੇਕਰ ਅਸੀਂ ਗੱਲ ਕਰਦੇ ਹਾਂ ਕਿ ਇਹ ਪੰਜਾਬ ਦੇ ਵਿੱਚੋਂ ਪਤਿਤ ਪੁਣੇ ਨੂੰ ਜਾਂ ਨਸ਼ਿਆਂ ਨੂੰ ਖਤਮ ਕਰ ਦੇਣਗੇ, ਤਾਂ ਇਹ ਇੱਕ ਕੋਰਾ ਝੂਠ ਆ। ਨਾ ਹੀ ਤਾਂ ਬਾਦਲ ਨੇ ਸਿਆਸਤ ਨੂੰ, ਨਸ਼ੇ ਨੂੰ ਖਤਮ ਕੀਤਾ ਸੀ, ਅਤੇ ਨਾ ਹੀ ਕੈਪਟਨ ਕਰ ਸਕਦਾ ਆ। ਜੇਕਰ ਨਸ਼ੇ ਨੂੰ ਕੋਈ ਖਤਮ ਕਰ ਸਕਦਾ ਆ ਤਾਂ ਉਹ ਆ ਗੁਰੂ ਕੀ ਬਾਣੀ, ਗੁਰੂ ਦਾ ਇਤਿਹਾਸ, ਅਤੇ ਸਿੱਖ ਨੌਜਵਾਨ ਆਪਣੇ ਧਰਮ ਦੇ ਉੱਤੇ ਡਟ ਕੇ ਪਹਿਰਾ ਦੇਣ, ਅਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਵੱਧ ਤੋਂ ਵੱਧ ਸੰਘਰਸ਼ੀਲ ਹੋਣ, ਜਿਹੜੇ ਲੋਕ ਨਸ਼ਾ ਕਰਦੇ ਆ, ਜਿਹੜੇ ਸਿੱਖ ਨੌਜਵਾਨ ਆ, ਉਹਨਾਂ ਨੂੰ ਆਪਣੇ ਕਲਾਮੇ ਦੇ ਵਿੱਚ ਲੈਣ, ਉਹਨਾਂ ਨੂੰ ਸਮਝਾਉਣ, ਅਤੇ ਤਾਂ ਜੋ ਉਹਨਾਂ ਨੂੰ ਆਪਣੇ ਧਰਮ ਦਾ ਗਿਆਨ ਦੇਣ ਕਿ ਸਾਡਾ ਜਿਹੜਾ ਧਰਮ ਆ ਉਹ ਕਿੰਨਾ ਅਮੀਰ ਵਿਰਸਾ ਆ, ਕਿੰਨਾ ਮਹਾਨ ਆ, ਸਾਡੇ ਧਰਮ ਦੀਆਂ ਪਰੰਪਰਾਵਾਂ, ਸਾਡਾ ਇਤਿਹਾਸ ਆ, ਅਤੇ ਉਹਨਾਂ ਨੂੰ ਇਸ ਨਰਕ ਦੇ ਵਿੱਚੋਂ ਕੱਢਣੇ, ਸਿੱਖ ਨੌਜਵਾਨਾਂ ਨੂੰ ਹੀ ਅੱਗੇ ਆਉਣਾ ਪੈਣਾ, ਲੀਡਰਾਂ ਤੋਂ ਕੋਈ ਆਸ ਨਹੀਂ ਜੀ। ਅੱਛਾ, ਪੰਜ ਨਾਮ ਲਵਾਂਗਾ ਜੋ ਵੀ ਤੁਹਾਡੇ ਜ਼ਹਿਨ ਦੇ ਵਿੱਚ ਸਭ ਤੋਂ ਪਹਿਲਾਂ ਜੋ ਵੀ ਚੀਜ਼ ਆਉਂਦੀ ਹੈ ਉਹਨਾਂ ਦੇ ਬਾਰੇ ਉਹ ਚੀਜ਼ ਜ਼ਰੂਰ ਬਿਆਨ ਕਰਨਾ। ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਵੱਡਾ ਪੰਜਾਬ ਦੇ ਲੋਕਾਂ ਨਾਲ ਹੁਣੇ ਜਿਹੜਾ ਧੋਖਾ ਕੀਤਾ ਆ ਚੋਣਾਂ ਤੋਂ ਪਹਿਲਾਂ, ਕਿ ਗੁਟਕਾ ਸਾਹਿਬ ਦੀ ਜਿਹੜੀ ਸਹੁੰ ਖਾਧੀ ਆ, ਜਿਹੜਾ ਕਿ ਗੁਟਕਾ ਸਾਹਿਬ ਜਿਸ ਨੂੰ ਕਿਹਾ ਜਾਂਦਾ ਆ ਪੋਥੀ ਪਰਮੇਸ਼ਰ ਕਾ ਥਾਨ, ਸੋ ਇਹ ਬੜਾ ਵੱਡਾ ਪੰਜਾਬ ਦੇ ਨਾਲ ਉਹਨਾਂ ਨੇ ਘੋਰ ਪਾਪ ਕਮਾਇਆ, ਜਿਹੜਾ ਕਦੀ ਵੀ ਬਖਸ਼ਿਆ ਨਹੀਂ ਜਾਣ ਵਾਲਾ, ਨਾ ਇੱਥੇ ਲੋਕ ਵਿੱਚ, ਨਾ ਪਰਲੋਕ ਵਿੱਚ, ਨਾ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ। ਪ੍ਰਕਾਸ਼ ਸਿੰਘ ਬਾਦਲ। ਪ੍ਰਕਾਸ਼ ਸਿੰਘ ਬਾਦਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਮੱਸਾ ਰੰਗੜ ਦੇ ਨਾਲੋਂ ਘੱਟ ਨਹੀਂ,
ਜਿਹੜਾ ਪ੍ਰਕਾਸ਼ ਸਿੰਘ ਬਾਦਲ ਉਹਨੂੰ ਆਪਾਂ ਨਰਾਇਣ ਮਹੰਤ ਦੀ ਜਿਹੜੀ ਰੂਹ ਆ ਉਹ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਆ, ਅਬਦਾਲੀ ਅਤੇ ਜ਼ਕਰੀਆ ਦੀ ਜਿਹੜੀ ਰੂਹ ਆ ਉਹ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ। ਜੇਕਰ ਕਾਂਗਰਸ ਨੇ ਤਾਂ ਸਿੱਖ ਮਾਰੇ ਸਨ, ਲੇਕਿਨ ਬਾਦਲ ਪਰਿਵਾਰ ਨੇ ਪੂਰਾ ਸਿੱਖੀ ਸਿਧਾਂਤਾਂ ਦਾ ਮਲੀਆ ਮੇਟ ਕਰ ਦਿੱਤਾ, ਸਾਡੀਆਂ ਪਰੰਪਰਾਵਾਂ ਖਤਮ ਕਰ ਦਿੱਤੀਆਂ, ਹੁਕਮਨਾਮਿਆਂ ਦਾ ਜਿਹੜਾ ਸਤਿਕਾਰ ਆ ਉਹ ਘਟਾ ਦਿੱਤਾ ਆ, ਜਿਹੜਾ ਸਾਡੇ ਜਥੇਦਾਰਾਂ ਦਾ ਮਾਣ ਸਤਿਕਾਰ ਸੀ ਉਹ ਇਹਨਾਂ ਨੇ ਖਤਮ ਕਰ ਦਿੱਤਾ ਆ। ਅਤੇ ਜੇਕਰ ਇਹ ਪਰਿਵਾਰ ਸਿੱਖੀ ਉੱਤੇ ਹਾਵੀ ਰਿਹਾ ਅਤੇ ਆਉਂਦੇ ਭਵਿੱਖ ਦੇ ਵਿੱਚ ਸਿੱਖੀ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਜਾਊਗਾ, ਜਿਹੜਾ 5 ਸਦੀਆਂ ਦੇ ਵਿੱਚ ਵੀ ਨਹੀਂ ਹੋਇਆ ਸੀ। ਬੀਬੀ ਪਰਮਜੀਤ ਕੌਰ ਖਾਲੜਾ, ਬੀਬੀ ਪਰਮਜੀਤ ਕੌਰ ਖਾਲੜਾ ਦੀ ਸਿੱਖ ਪੰਥ ਨੂੰ ਉਹਨਾਂ ਦੇ ਪਰਿਵਾਰ ਦੀ ਐਡੀ ਵੱਡੀ ਦੇਣ ਆ ਕਿ ਜਿਹਨੂੰ ਅਸੀਂ ਪੂਰੀ ਸਿੱਖ ਕੌਮ ਸਿੱਜਦਾ ਕਰਦੀ ਹੈ। ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਹੜੇ ਉਹਨਾਂ ਦੇ ਹਸਬੈਂਡ ਸਨ, ਆਪਾਂ ਨੂੰ ਪਤਾ ਆ ਕਿ ਕਿਵੇਂ ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਘਾਣ ਹੋ ਰਿਹਾ ਸੀ ਉਸ ਨੂੰ ਰੋਕਣ ਦਾ ਯਤਨ ਕੀਤਾ। 25,000 ਜਿਹੜੀਆਂ ਲਵਾਰਿਸ ਲਾਸ਼ਾਂ ਸੀ, ਜਿਹੜਾ ਕਾਂਗਰਸ ਸਰਕਾਰ ਦੇ ਸਮੇਂ ਉਸ ਸਮੇਂ ਜਿਹੜਾ ਬੇਅੰਤੇ ਬੁੱਚੜ ਦਾ ਰਾਜ ਸੀ, KPS ਗਿੱਲ ਦਾ ਰਾਜ ਸੀ, ਹਿੰਦੂ ਤਵੀਆਂ ਦਾ ਰਾਜ ਸੀ, ਉਹਦੇ ਵਿੱਚ ਜਿਹੜੇ ਸਿੱਖ ਮਾਰੇ ਉਹਨਾਂ ਦੀ ਨਿਸ਼ਾਨਦੇਹੀ ਉਹਨਾਂ ਨੇ ਕੀਤੀ। ਅਤੇ ਸਿੱਖ ਕੌਮ ਉੱਤੇ ਹੋ ਰਹੇ ਜ਼ੁਲਮਾਂ ਦੀ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਵਾਜ਼ ਉਠਾਈ। ਮੈਂ ਪੰਜਾਬ ਵਾਸੀਆਂ ਨੂੰ, ਸਿੱਖ ਕੌਮ ਨੂੰ ਬੇਨਤੀ ਕਰਦਾ ਹਾਂ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਵਿੱਚ ਜ਼ਰੂਰ ਉਤਰਨ ਅਤੇ ਉਹਨਾਂ ਨੂੰ ਵੋਟਾਂ ਜ਼ਰੂਰ ਪਾਉਣ ਤਾਂ ਜੋ ਅੰਤਰਰਾਸ਼ਟਰੀ ਪੱਧਰ ਦੇ ਉੱਤੇ MP ਬਣ ਕੇ ਸਾਡੀ ਜਿਹੜੀ ਆਵਾਜ਼ ਆ, ਕੌਮ ਦੀ ਆਵਾਜ਼ ਆ, ਪੰਥ ਦੀ ਆਵਾਜ਼ ਆ, ਪੰਜਾਬ ਦੀ ਆਵਾਜ਼, ਉਹ ਬੁਲੰਦ ਕਰ ਸਕਣ। ਬੀਬੀ ਜਗੀਰ ਕੌਰ, ਬੀਬੀ ਜਗੀਰ ਕੌਰ ਬਾਰੇ ਮੈਂ ਤੁਹਾਨੂੰ ਦੱਸਿਆ ਕਿ ਬਾਦਲ ਲਾਣਾ ਅਤੇ ਉਹਦੇ ਵਿੱਚ ਹੀ ਬੀਬੀ ਜਗੀਰ ਕੌਰ ਆਉਂਦੀ ਹੈ। ਇਹ ਬੀਬੀ ਜਗੀਰ ਕੌਰ ਨੂੰ ਪੰਥ ਨੇ ਕਿੰਨਾ ਮਾਣ ਤਾਨ ਬਖਸ਼ਿਆ ਸੀ, ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਪ੍ਰਧਾਨ ਆ ਉਹ ਬੀਬੀ ਜਗੀਰ ਕੌਰ ਨੂੰ ਬਣਾਇਆ ਗਿਆ ਸੀ, ਪਰ ਇੰਨੇ ਬਾਅਦ ਵਿੱਚ ਅਜਿਹੇ ਕਾਰੇ ਕੀਤੇ ਜਿਹਦੇ ਕਰਕੇ ਪੰਥ ਨੂੰ ਢਾਹ ਲੱਗੀ, ਪੂਰੇ ਪੰਥ ਨੂੰ ਜਿਹੜਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸੋ ਬੀਬੀ ਜਗੀਰ ਕੌਰ ਵੀ ਉਸੇ ਬਾਦਲ ਲਾਣੇ ਦੇ ਵਿੱਚ ਹੀ ਆਉਂਦੀ ਹੈ ਜਿਹਨੇ ਸਿੱਖੀ ਦਾ ਅਤੇ ਸਿੱਖਾਂ ਦਾ ਘਾਣ ਕਰਨ ਦੇ ਉੱਤੇ ਪੂਰਾ ਜ਼ੋਰ ਲਾਇਆ ਹੋਇਆ ਹੈ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਹੋਇਆ ਆ। ਮੈਂ ਸਮਝਦਾ ਹਾਂ ਕਿ ਉਸ ਤੋਂ ਵੱਧ ਕੋਈ ਵੀ ਉਹਨਾਂ ਦੀ ਸ਼ਖਸੀਅਤ ਬਾਰੇ ਬਿਆਨ ਨਹੀਂ ਕਰ ਸਕਦਾ ਕਿ ਖੁਦਾ ਤੁਮਕੋ ਨਹੀਂ ਕਹਤੇ ਮਗਰ ਸ਼ਾਨ ਏ ਖੁਦਾ ਤੁਮ ਹੋ। ਉਹਨਾਂ ਦੇ ਅੱਗੇ ਤਾਂ ਬਸ ਸੀਸ ਹੀ ਝੁੱਕ ਸਕਦਾ ਆ, ਉਹਨਾਂ ਬਾਰੇ ਅਸੀਂ ਕੁਝ ਕਹਿ ਹੀ ਨਹੀਂ ਸਕਦੇ। ਉਹ ਸਾਡੇ ਜਰਨੈਲਾਂ ਦੇ ਜਰਨੈਲ ਨੇ, ਉਹ ਸੰਤਾਂ ਦੇ ਸੰਤ ਨੇ, ਉਹਨਾਂ ਵਰਗਾ ਨਾ ਕੋਈ ਹੋਇਆ ਆ ਅਤੇ ਨਾ ਕੋਈ ਹੋ ਸਕਦਾ ਆ। ਅਤੇ ਉਹ ਇੱਕ ਇਹੋ ਜਿਹੀ 18ਵੀਂ ਸਦੀ ਦੀ ਰੂਹ ਹੀ ਸਨ ਜਿਹੜੀ 20ਵੀਂ ਸਦੀ ਦੇ ਵਿੱਚ ਵਿਚਰੀ ਸੀ। ਉਹਨਾਂ ਸਾਹਮਣੇ ਆ ਕੇ ਜਿਹੜੇ ਵੱਡੇ ਵੱਡੇ ਵਿਦਵਾਨ ਆਪਣੀ ਵਿਦਵਤਾ ਭੁੱਲ ਜਾਂਦੇ ਸਨ, ਬਹੁਤੇ ਬੁੱਧੀਵਾਨ ਅਤੇ ਜਿਹੜੇ ਚਤੁਰ ਲੋਕ ਹੁੰਦੇ ਸਨ ਉਹ ਵੀ ਉਸ ਗੁਰੂ ਕੇ ਬਾਜ ਅੱਗੇ ਆਪਣੀ ਨੀਵੀਂ ਧੋਣ ਸੁੱਟ ਦਿੰਦੇ ਸਨ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਰਗਾ ਸਾਨੂੰ ਬਾਅਦ ਵਿੱਚ ਅਜਿਹਾ ਲੀਡਰ ਨਹੀਂ ਮਿਲ ਸਕਿਆ। ਸੋ ਇਹ ਸਾਡੀ ਇੱਕ ਤਰਾਸਦੀ ਆ, ਬਦਕਿਸਮਤੀ ਵੀ ਕਹਿ ਸਕਦੀ ਹਾਂ, ਪਰ ਜੋ ਉਸ ਜਰਨੈਲ ਨੇ ਕੌਮ ਨੂੰ ਦੇਣ ਦਿੱਤੀ ਆ, ਪੰਥ ਨੂੰ ਦੇਣ ਦਿੱਤੀ ਆ, ਪੰਜਾਬ ਨੂੰ ਦੇਣ ਦਿੱਤੀ ਆ, ਉਸ ਜਰਨੈਲ ਨੇ ਸਾਨੂੰ ਬਾਬਾ ਦੀਪ ਸਿੰਘ ਜੀ ਦੀ ਯਾਦ ਤਾਜ਼ਾ ਕਰਵਾ ਦਿੱਤੀ, ਬਾਬਾ ਗੁਰਬਖਸ਼ ਸਿੰਘ ਦੀ ਯਾਦ ਤਾਜ਼ਾ ਕਰਵਾ ਦਿੱਤੀ, ਜਥੇਦਾਰ ਬਘੇਲ ਸਿੰਘ ਜੀ ਦੀ ਯਾਦ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਜਥੇਦਾਰ ਜੱਸਾ ਸਿੰਘ ਰਾਮਗੜੀਆ, ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜਿਹੜੀ ਯਾਦ ਆ ਉਸ ਜਰਨੈਲ ਨੇ ਯਾਦ ਤਾਜ਼ਾ ਕਰਵਾ ਦਿੱਤੀ ਸੀ। ਗੁਰਬਾਣੀ ਖਾਣਬਾਣੀ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਅੰਤ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਨੂੰ ਕੋਈ ਮੈਸੇਜ ਦੇਣਾ ਚਾਹੋਗੇ, ਕੁਝ ਕਹਿਣਾ ਚਾਹੋਗੇ? ਦੇਸ਼ ਵਿਦੇਸ਼ ਦੀ ਸੰਗਤ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਸਿੱਖ ਕੌਮ ਦੀ ਜਿਹੜੀ ਹੱਕਾਂ ਦੀ ਆਵਾਜ਼ ਆ ਉਹਨੂੰ ਬੁਲੰਦ ਕੀਤਾ ਜਾਵੇ, ਸਿੱਖ ਨੌਜਵਾਨਾਂ ਨੂੰ ਸਿੱਧੇ ਪਾਸੇ ਲਾਇਆ ਜਾਵੇ, ਸਿੱਖ ਨੌਜਵਾਨ ਵੱਧ ਤੋਂ ਵੱਧ ਜਿਹੜੀ ਆਪਣੀ ਸਿਹਤ ਬਣਾਉਣ ਅਤੇ ਚੰਗੇ
ਪੜ੍ਹੇ ਲਿਖੇ ਡਾਕਟਰ ਬਣਨ, ਇੰਜੀਨੀਅਰ ਬਣਨ ਅਤੇ ਪੂਰੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਸਾਡੇ ਉੱਤੇ ਜਿਹੜਾ ਜ਼ੁਲਮ ਹੋਇਆ ਆ ਉਸ ਨੂੰ ਦੱਸਣ, ਅਤੇ ਇਹਦੇ ਕਰਕੇ ਤਾਂ ਜੋ ਅਸੀਂ ਆਪਣੇ ਕੌਮੀ ਘਰ ਦੀ ਪ੍ਰਾਪਤੀ ਕਰ ਸਕੀਏ, ਕਿਉਂਕਿ ਕੌਮੀ ਘਰ ਤੋਂ ਬਿਨਾਂ ਇੱਥੇ ਧੱਕੇ ਹੀ ਧੱਕੇ ਆ। ਜਦੋਂ ਸਿੱਖਾਂ ਦਾ ਰਾਜ ਆਇਆ ਸੀ ਅਤੇ ਦਰਬਾਰ ਸਾਹਿਬ ਨੂੰ ਸੋਨੇ ਦੇ ਨਾਲ ਮੜ ਦਿੱਤਾ ਗਿਆ, ਜਦੋਂ ਇੱਥੇ ਹਿੰਦੂਆਂ ਦਾ ਰਾਜ ਆਇਆ ਅਤੇ ਉਹਨਾਂ ਨੇ ਦਰਬਾਰ ਸਾਹਿਬ ਨੂੰ ਗੋਲੀਆਂ ਦੇ ਨਾਲ ਵਿੰਨ ਦਿੱਤਾ ਗਿਆ, ਜਿਹੜੀ ਪੂਰੀ ਸਮੁੱਚੀ ਸਿੱਖ ਕੌਮ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਬੈਠੀ ਹੈ ਉਹਨੂੰ ਆਪਣੀ ਰਾਜ ਦੀ ਤਾਕਤ ਦਾ ਪਤਾ ਹੋਣਾ ਚਾਹੀਦਾ ਆ। ਜਦੋਂ ਸਾਨੂੰ ਆਪਣੀ ਰਾਜ ਦੀ ਤਾਕਤ ਦਾ ਪਤਾ ਲੱਗ ਗਿਆ ਤਾਂ ਅਸੀਂ ਰਾਜ ਦੇ ਵੱਲ ਆਪਣੇ ਕਦਮ ਵਧਾਵਾਂਗੇ। ਬਹੁਤ ਬਹੁਤ ਧੰਨਵਾਦ ਗੁਰਬਾਣੀ ਅਖੰਡ ਬਾਣੀ ਨਾਲ ਗੱਲ ਕਰਨ ਨੂੰ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੰਤ ਦੇ ਵਿੱਚ ਇੱਕ ਹੀ ਗੱਲ ਕਹਿਣਾ ਚਾਹਾਂਗੇ ਕਿ ਜਿੱਦਾਂ ਭਾਈ ਰਣਜੀਤ ਸਿੰਘ ਜੀ ਨੇ ਆਪਣੀਆਂ ਭਾਵਨਾਵਾਂ ਤੁਹਾਡੇ ਸਾਹਮਣੇ ਰੱਖੀਆਂ ਕਿ ਜਦੋਂ ਤੱਕ ਸਾਡਾ ਆਪਣਾ ਇੱਕ ਰਾਜ ਨਹੀਂ ਹੁੰਦਾ, ਆਪਣਾ ਰਾਜ ਭਾਗ ਨਹੀਂ, ਕਿਉਂਕਿ ਸਿੱਖ ਕੌਮ ਕੋਲ ਬਹੁਤ ਕੁਛ ਸੀ, ਅੱਜ ਵੀ ਬਹੁਤ ਕੁਛ ਹੈ, ਬਸ ਅੱਜ ਲੋੜ ਹੈ ਤਾਂ ਸਾਨੂੰ ਇੱਕਜੁੱਟ ਹੋਣ ਦੀ, ਇੱਕ ਪਲੇਟਫਾਰਮ ਉੱਤੇ ਸਾਰਿਆਂ ਨੂੰ ਇਕੱਠੇ ਹੋਣ ਦੀ। ਅੰਗਰੇਜ਼ਾਂ ਕੋਲੋਂ ਕੁਝ ਹੋਰ ਸਿੱਖਿਆ ਹੋਵੇ, ਬ੍ਰਾਹਮਣਵਾਦੀ ਸੋਚ ਨੇ ਨਾ ਸਿੱਖਿਆ ਹੋਵੇ, ਪਰ ਇੱਕ ਡਰਾਈਡ ਐਂਡ ਰੂਲ ਦੀ ਜੋ ਫਾਰਮੂਲਾ ਹੈ, ਨੀਤੀ, ਉਹ ਬਹੁਤ ਚੰਗੀ ਤਰ੍ਹਾਂ ਸਿੱਖ ਲਈ ਹੈ, ਜਿਸ ਨੂੰ ਖੇਡ ਖੇਡ ਕੇ ਪਾੜ ਪਾਇਆ ਹੋਇਆ ਸਿੱਖ ਕੌਮ ਦੇ ਵਿੱਚ। ਕੋਈ ਆਪਣੀਆਂ ਅਲੱਗ ਜਥੇਬੰਦੀਆਂ, ਅਲੱਗ ਧੜੇਬੰਦੀਆਂ ਬਣਾ ਕੇ ਬੈਠੇ ਹੋਇਆ, ਕੋਈ ਆਪਣੀਆਂ ਅਲੱਗ ਅਲੱਗ ਪਾਰਟੀਆਂ ਬਣਾ ਕੇ ਬੈਠੇ ਹੋਇਆ। ਜਿੱਦਣ ਇਹ ਧੜੇਬੰਦੀਆਂ, ਇਹ ਜਥੇਬੰਦੀਆਂ ਟੁੱਟ ਕੇ ਅਸੀਂ ਸਾਰੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਗਏ, ਉਦੋਂ ਪੰਜਾਬ ਨੂੰ ਤੀਜਾ ਬਦਲ ਵੀ ਮਿਲ ਜਾਏਗਾ, ਉਦੋਂ ਸਾਡਾ ਆਪਣਾ ਰਾਜ ਵੀ ਸਾਡੇ ਹੱਥ 'ਚ ਆ ਜਾਏਗਾ। ਅੱਜ ਸਿਆਸਤ ਨੂੰ ਠੱਲ ਪਾਉਣ ਵਾਸਤੇ ਜਿਹੜੀ ਘਟੀਆ ਸਿਆਸਤ ਜਾਂ ਰਵਾਇਤੀ ਪਾਰਟੀਆਂ ਜਿਹਨਾਂ ਨੂੰ ਕਹਿ ਦਿੰਦੇ ਹੋ, ਇੱਕ ਤੀਜੇ ਬਦਲ ਦੀ ਲੋੜ ਸੀ, ਤੀਜਾ ਬਦਲ ਸ਼ਾਇਦ ਮਿਲ ਵੀ ਜਾਂਦਾ ਜੇ ਜਿਹੜਾ ਤੀਜੇ ਬਦਲ ਵਾਸਤੇ ਸਾਹਮਣੇ ਫਰੰਟ ਬਣ ਰਿਹਾ ਸੀ ਉਹ ਇਕੱਠੇ ਹੁੰਦੇ, ਉਹ ਵੀ ਅਲੱਗ ਅਲੱਗ ਟੁੱਟ ਕੇ ਉਹਨਾਂ ਨੇ ਅਲੱਗ ਅਲੱਗ ਨੁਮਾਇੰਦੇ ਖੜ੍ਹੇ ਕਰ ਦਿੱਤੇ। ਬਟ ਫਿਰ ਵੀ ਮੈਂ ਆਪਣੇ ਚੈਨਲ ਵੱਲੋਂ ਪਰਸਨਲੀ ਕਹਾਂਗਾ ਕਿ ਭਾਈ ਗਿਆਸਪੁਰਾ ਅਤੇ ਬੀਬੀ ਖਾਲਰਾ ਵਾਸਤੇ ਜਿਹਨਾਂ ਦੇ ਅੰਦਰ ਜਿਉਂਦੀਆਂ ਜ਼ਮੀਰਾਂ ਹੈ ਨੇ, ਉਹ ਜ਼ਰੂਰ ਖੜਨਗੇ, ਜ਼ਰੂਰ ਵੋਟਾਂ ਕਰਨਗੇ। ਅਤੇ ਜਿਹੜੇ ਸਵਾਲ ਚੁੱਕਦੇ ਨੇ ਕਿ ਉਹਨਾਂ ਨੂੰ ਸਿਰਫ ਅਤੇ ਸਿਰਫ ਪੈਸੇ ਇਕੱਠੇ ਕਰਨ ਵਾਸਤੇ ਜਾਂ ਫੰਡਾਂ ਵਾਸਤੇ ਵਰਤਿਆ ਜਾ ਰਿਹਾ ਹੈ, ਤਾਂ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗਾ ਕਿ ਤੁਸੀਂ ਜਦੋਂ ਫੰਡ ਬਾਹਰੋਂ ਮੰਗਵਾਉਣੇ ਸੀ ਤਾਂ ਉਦੋਂ ਤੁਸੀਂ ਕਿਹੜੇ ਮਤਲਬਾਂ ਵਾਸਤੇ ਫੰਡ ਬਾਹਰੋਂ ਮੰਗਵਾਏ ਸੀ ਜਾਂ ਕਿਹੜੇ ਮਤਲਬਾਂ ਵਾਸਤੇ ਉਹ ਫੰਡ ਵਰਤੇ ਸੀ, ਅਤੇ ਸਿੱਖ ਕੌਮ ਨੂੰ ਜਾਂ ਪੰਜਾਬ ਨੂੰ ਤੁਸੀਂ ਉਹਨਾਂ ਫੰਡਾਂ ਵਿੱਚੋਂ ਕੀ ਦਿੱਤਾ। ਇਸੇ ਦੇ ਨਾਲ ਆਪਣੇ ਹੋਸਟ ਦੇ ਦੋਸਤ ਪ੍ਰੀਤ ਸੈਣੀ ਦਿਓ ਇਜਾਜ਼ਤ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।